ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੀ ਹਾਹਾਕਾਰ ਹੈ ਤਾਂ ਇਸ ਦਰਮਿਆਨ ਮਨੁੱਖਤਾ ਦੀ ਭਲਾਈ ਲਈ ਲੋੜਵੰਦਾਂ ਦੀ ਮਦਦ ਕਰਦੀਆਂ ਕੁਝ ਤਸਵੀਰਾਂ ਵੀ ਨਜ਼ਰ ਆਈਆਂ ਹਨ ਜੋ ਇਸ ਔਖੀ ਘੜੀ 'ਚ ਸਕੂਨ ਦੇਣ ਵਾਲੀਆਂ ਹਨ। ਸਭ ਤੋਂ ਅਹਿਮ ਸਿੱਖ ਭਾਈਚਾਰੇ ਵੱਲੋਂ ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਲੋੜਵੰਦਾਂ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਿਲਸਿਲੇਵਾਰ ਇਹਨਾਂ ਉਦਮਾਂ ਦੀ ਗੱਲ ਕਰੀਏ ਤਾਂ ਸਿੱਖਾਂ ਵੱਲੋਂ ਯੂਕੇ 'ਚ ਬਕਾਇਦਾ ਨੰਬਰ ਦੇ ਕੇ ਫ੍ਰੀ ਮੋਬਾਈਲ ਫੂਡ ਸਪੋਰਟ ਦੀ ਪੇਸ਼ਕਸ਼ ਕੀਤੀ ਗਈ ਹੈ, ਜਿੱਥੇ 65 ਸਾਲ ਤੋਂ ਉੱਪਰ ਦੇ ਮਰੀਜ਼ ਖਾਣਾ ਮੰਗਵਾ ਸਕਦੇ ਹਨ। ਤਾਂ ਆਸਟ੍ਰੇਲੀਆ ਵਿੱਚ ਵੀ ਥਾਂ ਥਾਂ 'ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਕੇਰਲਾ 'ਚ ਇੱਕ ਸਟੋਰ ਵੱਲੋਂ ਮਹਿੰਗੇ ਮਾਸਕ ਸਿਰਫ 2 ਰੁਪਏ 'ਚ ਮੁਹੱਈਆ ਕਰਵਾਏ ਜਾ ਰਹੇ ਨੇ। ਇਟਲੀ 'ਚ ਕੁਝ ਵਲੰਟੀਅਰ ਵੱਲੋਂ 3D ਪ੍ਰਿੰਟਿੰਗ ਲਾਈਫ ਸੇਵਿੰਗ ਵਾਲ ਵੰਡੇ ਜਾ ਰਹੇ ਨੇ ਜੋ ਆਮ ਤੌਰ 'ਤੇ ਕਾਫ਼ੀ ਮਹਿੰਗੇ ਹਨ, ਪਰ ਵਲੰਟੀਅਰ ਵੱਲੋਂ ਮਹਿਜ 74 ਰੁਪਏ 'ਚ ਲੋਕਾਂ ਨੂੰ ਦਿੱਤੇ ਜਾ ਰਹੇ ਨੇ। ਇਸ ਨਾਲ 10 ਕੋਰੋਨਾ ਵਾਇਰਸ ਮਰੀਜ਼ਾਂ ਦੀ ਜਾਨ ਬਚਾਈ ਗਈ ਹੈ ਤਾਂ ਕੋਈ ਬਜ਼ੁਰਗ ਮਰੀਜ਼ਾਂ ਦੀ ਖਰੀਦਦਾਰੀ 'ਚ ਮਦਦ ਕਰ ਰਿਹਾ ਹੈ। ਰਬੀਕਾ ਮਹਿਰਾ ਨਾਮੀ ਇੱਕ ਯੂਜ਼ਰ ਨੇ ਕੁਝ ਇਸ ਤਰ੍ਹਾਂ ਦੀ ਕਹਾਣੀ ਹੀ ਬਿਆਨ ਕੀਤੀ ਹੈ। ਸਿੰਗਾਪੁਰ 'ਚ ਇੱਕ ਜੋੜੇ ਵੱਲੋਂ 600 ਮਾਸਕ ਮੁਫ਼ਤ ਵੰਡੇ ਗਏ ਹਨ। ਯੂਟਿਊਬਰ ਜੈਨੀਫਰ ਲੀ ਅਤੇ ਉਸਦੇ ਪਤੀ ਨੇ ਲੋੜਵੰਦਾਂ ਨੂੰ ਇਹ ਮਾਸਕ ਮੁਫ਼ਤ ਮੁਹੱਈਆ ਕਰਵਾਏ ਹਨ। NBA ਸਟਾਰ ਵੱਲੋਂ ਆਪਣੀ ਸੈਲਰੀ ਦਾ ਕੁਝ ਹਿੱਸਾ ਸਟੇਡੀਅਮ ਵਰਕਰ ਨੂੰ ਦਿੱਤਾ ਗਿਆ ਹੈ। ਟੂਰਨਾਮੈਂਟ ਰੱਦ ਹੋਣ ਦੀ ਵਜ੍ਹਾ ਨਾਲ ਉਹ ਪ੍ਰਭਾਵਿਤ ਹੋਏ ਸਨ। ਇੱਕ ਪਲੇਅਰ ਨੇ ਟਵੀਟ ਕੀਤਾ ਹੈ ਕਿ ਇਹ ਬਾਸਕਟਬਾਲ ਤੋਂ ਕਿਤੇ ਵੱਡਾ ਹੈ ਕਿ ਅਸੀਂ ਉਹਨਾਂ ਦੀ ਮਦਦ ਕਰੀਏ। ਮੈਂ ਅਤੇ ਮੇਰਾ ਪਰਿਵਾਰ $1,00,000 ਦੀ ਮਦਦ ਸਾਰੇ ਸਟਾਫ ਨੂੰ ਕਰਦੇ ਹਾਂ, ਸੋ ਇਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਬਿਮਾਰੀ ਕਹਿਰ ਟਾ ਰਹੀ ਹੈ, ਉੱਥੇ ਹੀ ਕੁਝ ਚੰਗੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਜੋ ਸਕੂਨ ਦਿੰਦੀਆਂ ਹਨ ਕਿ ਮਨੁੱਖਤਾ ਹਾਲੇ ਜਿੰਦਾ ਹੈ। ਤਾਂ ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।